1 2 3 4 ਓ ਤੇਰਾ ਹੈਪੀ ਬਰਥਡੇ ਮੰਮੀ ਥੈਂਕ ਯੂ ਮੈਂ ਸਵੇਰ ਦੀਆਂ ਵਾਧੂ ਵਿਸ਼ੇਸ਼ ਕਰਤੀਆਂ ਹੁਣ ਫੇਰ ਇੱਕ ਵਾਰ ਵਲੌਗ ਦੀ ਸਟਾਰਟਿੰਗ ਟਾਈਮ ਕਿੱਧਰ ਚੱਲੇ ਜੇ ਹੁਣ ਤੁਸੀਂ ਅਹੀਂ ਚੱਲੇ ਪਹਿਲਾਂ ਵੇਖੋ ਪਹਿਲਾਂ ਸਾਰਿਆਂ ਨੇ ਇੱਥੇ ਮੰਮੀ ਨੂੰ ਹੈਪੀ ਬਰਥਡੇ ਵਿਸ਼ ਕਰੋ ਯਾਰ ਥੱਲੇ ਕਮੈਂਟ ਚ ਕਰੋ ਕੀ ਕਰਦੇ ਪਏ ਥੈਂਕ ਯੂ ਮੰਮੀ ਸਾਰਿਆਂ ਨੂੰ ਥੈਂਕ ਯੂ ਕਹਿ ਮੈਨੂੰ ਪਤਾ ਸਾਰਿਆਂ ਨੇ ਤੁਹਾਨੂੰ ਕਹਿਣਾ ਬਹੁਤ ਬਹੁਤ ਕਹਿ ਥੈਂਕ ਯੂ ਸਾਰਿਆਂ ਸਾਰਿਆਂ ਨੂੰ ਥੈਂਕ ਯੂ ਬਹੁਤ ਧੰਨਵਾਦ ਕਹਿ ਦਿਓ ਬਹੁਤ ਬਹੁਤ ਧੰਨਵਾਦ ਸਾਰਿਆਂ ਹਾਂਜੀ ਤੁਸੀਂ ਕਿੱਥੇ ਚੱਲੇ ਕੈਨੇਡਾ ਕੈਨੇਡਾ ਵੀ ਜਾਏਗਾ ਮਾਰੇ ਖੜੇਗਾ ਤਾਂ ਪਰ ਤੁਸੀਂ ਅੱਜ ਕਿੱਥੇ ਚੱਲੇ ਅੱਜ ਹੀ ਚੱਲੇ ਆ ਫਿਲਮ ਵੇਖਣ ਫਿਲਮ ਨਹੀਂ ਰੋਜ਼ ਤੁਹਾਡੀ ਫਿਲਮ ਤੇ ਰਹਿੰਦੇ ਜੇ ਰੋਜ਼ ਕਿੱਥੇ ਦੋ ਫਿਲਮਾਂ ਪਈਆਂ ਵੇਖਣ ਵਾਲੀਆਂ ਸਾਡੀਆਂ ਜੀ ਤੇ ਅੱਜ ਇਕੱਠੀਆਂ ਵੇਖੋ ਕੰਮ ਨਿਪੜੇਗਾ ਵੈਰੀ ਗੁੱਡ ਆਈਡੀਆ ਤੁਰ ਪਾ ਭਰਾਵਾ ਤੁਰ ਪਾ 2 ਘੰਟੇ ਤੁਰਦਾ ਹੀ ਨਹੀਂ ਮੋਇਸਚਰਾਈਜ਼ਰ ਦੇ ਕੀ ਕਰਨਾ ਹੈ ਤੁਮਕੋ ਮੋਇਸਚਰਾਈਜ਼ਰ ਚਲਾ ਭਈ ਇੱਥੇ ਯਾਰ ਮੋਇਸਚਰਾਈਜ਼ਰ ਕਿਉਂ ਲਗਾਉਣਾ ਹੈ ਮੈਨੇ ਇਹ ਆਰਡਰ ਕੀਆ ਬਾਬੂਆ ਇਹ ਲਗਵਾਓ ਇਸਕੋ ਲਗਾਓ ਇੱਕ ਬਲਾਕ ये तो मम्मा तेल है भरावा ये नॉर्मल तेल थोड़ी आ कोकोनट एक्स्ट्रा वर्जिन ऑयल आ ਕਿਵੇਂ ਘੈਂਟ ਹੁੰਦਾ ਵਧੀਆ ਹੁੰਦਾ ਪੂਰਾ ਬੰਬ ਹੁੰਦਾ ਗਰੂਆ ਤੂੰ ਲਾ ਕੇ ਤਾਂ ਵੇਖ ਤੈਨੂੰ ਆਪੇ ਲਾਇਆ ਹੀ ਪਤਾ ਲੱਗ ਜਾਣਾ ਨਾਰਮਲ ਕੋਕੋਨਟ ਆਇਲ ਹੁੰਦਾ ਉਹ ਨਹੀਂ ਆ ਪੀ ਲਾ ਹਾਂ ਪੀ ਵੀ ਸਕਦੇ ਆ ਇਹ ਵੀ ਹੈਗਾ ਸੱਚੀ ਮੰਨ ਕੇ ਚੱਲ ਆਪਾਂ ਉਹ ਨਹੀਂ ਕਰਦੇ ਹੁੰਦੇ ਆਪਾਂ ਇਹਨੂੰ ਆਇਲ ਪੁਲਿੰਗ ਲਈ ਵੀ ਯੂਜ਼ ਕਰ ਸਕਦੇ ਆ ਹੁਣ ਤੂੰ ਕਹੇਂਗਾ ਆਇਲ ਪੁਲਿੰਗ ਕੀ ਹੁੰਦੀ ਲਿਆ ਉਹ ਰਫੜਾ ਤੇਰੇ ਮੈਂ ਦੱਸਦਾ ਕੀ ਹੁੰਦੀ ਆਇਲ ਪੁਲਿੰਗ ਯਾਰ ਕੁਝ ਨਹੀਂ ਕਰਨਾ ਜਿਵੇਂ ਆਪਾਂ ਸਵੇਰੇ ਮਾਰਨਿੰਗ ਟਾਈਮ ਉੱਠਦੇ ਆ ਇੱਕ ਚਮਚਾ ਲੈਣਾ ਹਨਾ ਚਮਚ ਲੈਣਾ ਤੂੰ ਤੇ ਇੱਕ ਮੰਨ ਕੇ ਚੱਲ ਇੱਕ ਚਮਚ ਆਪਾਂ ਇਹਦੇ ਦੇ ਉੱਤੇ ਪਾ ਲੈਣਾ ਹਨਾ ਇੱਕ ਚਮਚ ਤੈਨੂੰ ਫੜ ਕੇ ਮੂੰਹ ਦੇ ਵਿੱਚ ਪਾ ਲੈਣਾ ਜਿੰਨਾ ਟਾਈਮ ਆਪਾਂ ਤੜਕੇ ਮੜਾ ਮੋੜ ਤੁਰਦੇ ਫਿਰਦੇ ਆਉਣਾ ਚਿਰ ਮੂੰਹ 'ਚ ਜਿਵੇਂ ਕੁਰਲੀ ਨਹੀਂ ਕਰੀਦੀ ਕਦੀ ਇੱਧਰ ਨੂੰ ਕਦੀ ਇੱਧਰ ਨੂੰ ਉਵੇਂ ਕਰਕੇ ਮੰਨ ਕੇ ਚੱਲ 5-10 ਮਿੰਟ ਬੰਦਾ ਐਵੇਂ ਕਰ ਲੈਣਾ ਤੇ ਜਿਵੇਂ ਸਾਰੀ ਗੰਦਗੀ ਹੁੰਦੀ ਹੈ ਜਿਹੜੀ ਬਾਡੀ ਦੀ ਆਪਣੀ ਤੇ ਜਾਂ ਮੰਨ ਕੇ ਚੱਲ ਦੰਦ ਵੀ ਬੜੇ ਚਿੱਟੇ ਹੁੰਦੇ ਨੇ ਉਹ ਇੰਨੇ ਗੋਰੇ ਗੋਰੇ ਦੰਦ ਹੋ ਜਾਂਦੇ ਆ ਬਹੁਤ ਫਾਇਦੇਦਾਰ ਵੀ ਵੈਸੇ ਮੇਨ ਇਹ ਮੈਂ ਭੁੱਲੀ ਗਈ ਮਤਲਬ ਉਹ ਮੰਨ ਕੇ ਚੱਲ ਮੋਇਸਚਰਾਈਜ਼ਰ ਭੁੱਲੀ ਗਈ ਮੰਗਾਇਆ ਹੈ ਯਾਰ ਪਿਛਲੇ ਦੀ ਜਿੱਥੇ ਰੰਗ ਰੁੰਗੇ ਦਾ ਲਾਇਆ ਆਹੋ ਆਪਣੇ ਇੱਥੇ ਸਾਰੇ ਹੋ ਗਏ ਇਹ ਕੁਝ ਨਹੀਂ ਆਪਾਂ ਬਸ ਹੋਲੀ ਮੰਨ ਕੇ ਚੱਲ ਜਦੋਂ ਆਪਾਂ ਖੇਡ ਖੁੱਡ ਜਾਣਾ 10 ਮਿੰਟ ਪਹਿਲਾਂ ਆਪਾਂ ਸਾਰੀ ਬਾਡੀ ਤੇ ਮੰਨ ਲੈਣਾ ਤੇ ਆ ਕੇ ਵੇਖੀ ਕਿੱਡੇ ਵਧੀਆ ਲੱਗਦਾ ਕਿਉਂਕਿ ਆਪਾਂ ਜਿਵੇਂ ਮੇਕਅਪ ਰਿਮੂਵਰ ਨਹੀਂ ਹੁੰਦੇ ਹੁੰਦੇ ਨਾਲ ਵੀ ਆਪਾਂ ਕੋਰਨ ਪੈਡ ਤੇ ਲਾ ਕੇ ਲਾ ਸਕਦੇ ਪਰ ਆਪਾਂ ਇਹਨੂੰ ਬਾਡੀ ਤੇ ਪਹਿਲਾਂ ਹੀ ਲਾ ਕੇ ਤੁਰ ਜਾਣਾ ਵੀਰੇ ਉਹ ਸਟਾਰਟਿੰਗ ਕੀਤੀ ਆ ਸੋ ਤੁਹਾਨੂੰ ਵੀ ਇਹਦੇ ਫਾਇਦੇ ਦੱਸ ਹੀ ਦਈਏ ਪਹਿਲਾਂ ਤਾਂ ਮੁੱਖ ਦੀ ਗੱਲ ਮੈਂ ਵਾਓ ਲਾਈਫ ਸਾਇੰਸ ਦੇ ਪ੍ਰੋਡਕਟ ਕਿਉਂ ਯੂਜ਼ ਕਰਦਾ ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦੇ ਆਲਮੋਸਟ ਸਾਰੇ ਪ੍ਰੋਡਕਟ ਪਲਾਂਟ ਬੇਸਡ ਹੁੰਦੇ ਨੇ ਤੇ ਇਹਨਾਂ ਵਿੱਚ ਕੋਈ ਵੀ ਹਾਰਸ਼ ਕੈਮੀਕਲ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਇਹ ਤਾਂ ਵੈਸੇ ਵੀ ਐਕਸਟਰਾ ਵਰਜਨ ਕੋਕੋਨਟ ਆਇਲ ਆ ਤੇ ਤੁਹਾਨੂੰ ਪਤਾ ਹੀ ਆ ਕਿ ਇਹ ਤਾਂ ਫਰੈਸ਼ ਕੋਕੋਨਟ ਤੋਂ ਤਾਂ ਬੰਦਾ ਹੀ ਬੰਦਾ ਤੇ ਬੜੇ ਲੋ ਟੈਂਪਰੇਚਰ ਤੇ ਬੰਦਾ ਤੇ ਕੋਈ ਵੀ ਕੈਮੀਕਲ ਵਗੈਰਾ ਨਹੀਂ ਇਹਦੇ ਵਿੱਚ ਜਿੱਦਾਂ ਆਪਾਂ ਘਰਾਂ ਦੇ ਵਿੱਚ ਨਾਰਮਲੀ ਕੋਈ ਚੀਜ਼ ਵਗੈਰਾ ਫਰਾਈ ਕਰਨ ਲਈ ਜਾਂ ਸਬਜ਼ੀ ਵਗੈਰਾ ਬਣਾਉਣ ਲਈ ਆਪਾਂ ਤੇਲ ਆਇਲ ਵਗੈਰਾ ਯੂਜ਼ ਕਰਦੇ ਆ ਤਾਂ ਉਹਦੀ ਥਾਂ ਤੇ ਆਪਾਂ ਇਹ ਯੂਜ਼ ਕਰ ਸਕਦੇ ਆ ਕਿਉਂਕਿ ਇਹਦੇ ਵਿੱਚ ਐਂਟੀਆਕਸੀਡੈਂਟ ਹੁੰਦੇ ਆ ਜਿਹੜੇ ਆਪਣੀ ਹੈਲਥ ਦੇ ਲਈ ਬਹੁਤ ਵਧੀਆ ਹੁੰਦੇ ਨੇ ਤੇ ਉਹਦੇ ਨਾਲ ਨਾਲ ਇਹ ਆਪਣੇ ਡਾਈਜੈਸ਼ਨ ਨੂੰ ਤਾਂ ਵਧੀਆ ਕਰਦਾ ਹੀ ਕਰਦਾ ਬਹੁਤ ਵਧੀਆ ਕਰਦਾ ਆਪਣੀ ਡਾਈਜੈਸ਼ਨ ਨੂੰ ਤੇ ਨਾਲੇ ਆਇਲ ਆਇਲ ਤਾਂ ਹੈਗਾ ਹੀ ਹੈਗਾ ਹਨਾ ਆਪਾਂ ਇਹਨੂੰ ਹੇਅਰ ਮਸਾਜ ਲਈ ਵੀ ਯੂਜ਼ ਕਰ ਸਕਦੇ ਆ ਤੇ ਹਾਂ ਸੱਚ ਜਦੋਂ ਮੈਂ ਅਨਬਾਕਸਿੰਗ ਕਰਦਾ ਪਿਆ ਹਨਾ ਇਹਨਾਂ ਦੇ ਬਾਕਸ ਦੇ ਵਿੱਚੋਂ ਮੈਨੂੰ ਇੱਕ ਸੀਲ ਪਾਊਚ ਮਿਲਿਆ ਜਿਹੜੀ ਕਿ ਮੈਨੂੰ ਪਰਸਨਲੀ ਇਹਨਾਂ ਦੀ ਬੜੀ ਵਧੀਆ ਗੱਲ ਲੱਗੀ ਆ ਇਹਨਾਂ ਦਾ ਇੱਕ ਏਮ ਆ ਕਿ 2022 ਦੇ ਐਂਡ ਤੱਕ ਇਹਨਾਂ ਨੇ 1 ਕਰੋੜ ਇਦਾਂ ਸੀਡ ਪਲਾਂਟ ਕਰਵਾਉਣੇ ਆ ਸੋ ਜਿਹੜੀ ਥਿੰਗ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਸੋ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਸੋ ਤੁਸੀਂ ਵੀ ਜਲਦੀ ਜਲਦੀ ਆਰਡਰ ਕਰੋ ਆਪਣੇ ਘਰਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਪਲਾਂਟ ਕਰੋ ਜ਼ਰੂਰ ਕਰਿਓ ਤੇ ਇੱਕ ਚੀਜ਼ ਹੋਰ ਇਹਨਾਂ ਦੇ ਵਾਓ ਦੇ ਹਰ ਇੱਕ ਪ੍ਰੋਡਕਟ ਦੇ ਉੱਪਰ ਇੱਕ ਕਿਊ ਆਰ ਕੋਡ ਆਉਂਦਾ ਹੈ ਜਿਹਨੂੰ ਆਪਾਂ ਸਕੈਨ ਕਰਕੇ ਪ੍ਰੋਡਕਟ ਦੀ ਅਥੈਂਟਿਸਿਟੀ ਵੀ ਚੈੱਕ ਕਰ ਸਕਦੇ ਹਾਂ ਤੇ ਇਹਨਾਂ ਦੀ ਇੱਕ ਆਪਣੀ ਐਪ ਆਉਂਦੀ ਹੈ ਵਾਓ ਦੀ ਤੇ ਜੇਕਰ ਤੁਸੀਂ ਉਹਦੇ ਥਰੂ ਜਾ ਕੇ ਸ਼ਾਪਿੰਗ ਕਰਦੇ ਆ ਤਾਂ ਤੁਸੀਂ ਸਾਡਾ ਕੂਪਨ ਕੋਡ ਯੂਜ਼ ਕਰ ਸਕਦੇ ਆ ਨਾਮ ਹੈਪੀ ਬੁਲਟ 20 ਜਿਹਦੇ ਨਾਲ ਤੁਹਾਨੂੰ ਥੋੜਾ ਜਿਹਾ ਹੋਰ ਡਿਸਕਾਊਂਟ ਮਿਲ ਜੂਗਾ ਤੇ ਬਾਕੀ ਦੂਸਰੇ ਲਿੰਕ ਵੀ ਮੈਂ ਸਾਰੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕੀਤੇ ਆ ਸੋ ਤੁਸੀਂ ਉੱਥੇ ਜਾ ਕੇ ਇਹਨੂੰ ਬਾਏ ਕਰ ਸਕਦੇ ਆ ਸੋ ਬੀ ਵਾਓ ਨੈਚੁਰਲ ਹੈਲੋ ਹੈਲੋ ਤਾਂ ਕੀਤੀ ਨਹੀਂ ਤੂੰ ਬਲੌਗ ਹੈਲੋ ਹਾਏ ਬਾਏ ਹਾਂਜੀ ਸਤਿ ਸ਼੍ਰੀ ਅਕਾਲ ਬਈ ਮਿੱਤਰੋ ਉਮੀਦ ਕਰਦੇ ਹਾਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੇ ਆਪਾਂ ਆਲਵੇਜ਼ ਖੈਂਟੀ ਘੈਂਟ ਦਾ ਤੇ ਤੁਹਾਡਾ ਵੈਲਕਮ ਆ ਤੁਹਾਡੇ ਆਪਣੇ YouTube ਚੈਨਲ ਨਵ ਹੈਪੀ ਬੁਲਟ ਦੇ ਵਿੱਚ ਤੇ ਅੱਜ ਦਾ ਵਲੌਗ ਵੈਸੇ ਤੁਹਾਨੂੰ ਸਟਾਰਟਿੰਗ ਤੋਂ ਪਤਾ ਲੱਗ ਹੀ ਚੁੱਕਾ ਥੰਬਨੇਲ ਤੋਂ ਪਤਾ ਲੱਗ ਚੁੱਕਾ ਹੈ ਅੱਜ ਹੈਗਾ ਅੰਮੀ ਜਾਨ ਦਾ ਬਰਥਡੇ ਸੋ ਆਪਾਂ ਉਹਨਾਂ ਲਈ ਆਪਾਂ ਉਹਨਾਂ ਲਈ ਨਹੀਂ ਸੋਰੀ ਆਪਾਂ ਚੱਲੇ ਹਾਂ ਪਹਿਲੀ ਗੱਲ ਤਾਂ ਫਿਰੋਜ਼ਪੁਰ ਅਤੇ ਕਿਵੇਂ ਕੀ ਕੇਕ ਵਗੈਰਾ ਲੈ ਕੇ ਆਉਣਾ ਮੰਮੀ ਵਾਸਤੇ ਅਤੇ ਥੋੜ੍ਹਾ ਬਹੁਤ ਗਿਫਟ ਗੁਫਟ ਦੇਖਾਂਗੇ ਸੱਚੀ ਮਾਇੰਡ ਦੇ ਵਿੱਚ ਕੁਛ ਨਹੀਂ ਆਉਣ ਡਿਆ ਗਿਫਟ ਕੀ ਲਈਏ ਕੀ ਨਾ ਲਈਏ ਕੁਛ ਨਹੀਂ ਸਮਝ ਆਉਂਦਾ ਫਿਰ ਅਤੇ ਫਿਰ ਤੁਰ ਪਏ ਹਾਂ ਦੇਖਦੇ ਹਾਂ ਉੱਥੇ ਜਾ ਕੇ ਕੀ ਬਣਦਾ ਕੀ ਨਹੀਂ ਅਤੇ ਤੁਹਾਨੂੰ ਮੈਂ ਪਿਛਲੇ ਵੀ ਕਿਹਾ ਸੀ ਕਮੈਂਟ ਕਰਕੇ ਦੱਸਿਆ ਕਰੋ ਯਾਰ ਕਿੱਦਾਂ ਦੀ ਕਿਹੜੀ ਚੀਜ਼ ਹੁਣ ਕਮੈਂਟ ਪਿਛਲੇ ਲਈ ਇੱਦਾਂ ਆਏ ਸੀ ਕਾਫੀ ਕਿ ਮੰਮੀ ਵਾਸਤੇ ਸੂਟ ਲਿਆ ਸਕਦੇ ਹਾਂ ਯਾਰ ਜੀਨ ਜੂਨ ਖਰੀਦਣੀ ਨਹੀਂ ਤਾਂ ਮੈਂ ਸੱਚੀ ਖਰੀਦ ਲੈਂਦਾ ਸੂਟਾਂ ਦੇ ਕੱਪੜਿਆਂ ਦਾ ਭੈਣ ਹੁੰਦੀ ਤਾਂ ਭੈਣ ਨਾ ਹਾਂ ਵੱਡੀ ਗੱਲ ਭੈਣ ਨਾ
ਨਾਲ ਜਿਹਨਾਂ ਦੀ ਭੈਣ ਹੁੰਦੀ ਤੇ ਗੱਲ ਇਹ ਹੈ ਕਿ ਸੂਟ ਖਰੀਦਣ ਮੈਂ ਵੇਖ ਲੂੰਗਾ ਸੋਹਣਾ ਕਿਹੜਾ ਨਹੀਂ ਕਿਹੜਾ ਸੋਹਣਾ ਜਿਵੇਂ ਵੀ ਆ ਜੋ ਵੀ ਆ ਬਸ ਚੱਕਰ ਕੀ ਆ ਪਤਾ ਨਹੀਂ ਕੱਪੜੇ 36 ਤਰ੍ਹਾਂ ਦੇ ਆਉਂਦੇ ਆ ਸਾਡੇ ਸਹੀ ਹੈ ਕਿ ਨਹੀਂ ਪੈਂਟਾਂ ਦਾ ਜੀਨ ਦਾ ਕੱਪੜਾ ਅਤੇ ਫੋਰਮਲ ਦਾ ਕੋਟਨ ਦਾ ਕੱਪੜਾ ਬਸ ਗੱਲ ਹੀ ਖਤਮ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਸੋ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਤਾਂ ਲੇਡੀਜ਼ ਦੇ ਕੱਪੜੇ ਹੀ ਆਉਂਦੇ ਨੇ ਸੋ ਪਤਾ ਨਹੀਂ ਕੋਈ ਕਿਹੜਾ 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 ਸੋ ਉਹ ਚੀਜ਼ ਦਾ ਆਪਾਂ ਨੂੰ ਇੰਨੀ ਹੈ ਨਹੀਂ ਨੌਲੇਜ ਸੋ ਨਾਲ ਕਿਸੇ ਨੂੰ ਲਿਜਾ ਨਹੀਂ ਸੀ ਸਕਦੇ ਅਤੇ ਵੇਖ ਲਓ ਕਿ ਫਿਰੋਜ਼ਪੁਰ ਦਾ ਜਗ੍ਹਾ 'ਤੇ ਆ ਜਾਓ ਜਿਹਨੂੰ ਸੂਟਾਂ ਦੀ ਪਛਾਣ ਪਛਾਣ ਸਾਨੂੰ ਦਵਾ ਹੀ ਦਿਓ ਸੂਟ ਦੇ ਤੇ ਸੋ ਦੱਸਿਓ ਫਿਰ ਕਮੈਂਟ ਕਰਕੇ ਕਿ ਸੂਟਾਂ ਤੋਂ ਇਲਾਵਾ ਆਪਾਂ ਕੀ ਗਿਫਟ ਕਰ ਸਕਦੇ ਨੇ ਯਾਰ ਇਹ ਵੀ ਚੀਜ਼ ਦੱਸਿਆ ਕਰੋ ਓਨੀ ਹੋਣੀ ਤੇ ਅਗਲੀ ਵਾਰੀ ਅਗਲੀ ਵਾਰੀ ਸਹੀ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਸੋਚਿਆ ਪਹਿਲੀ ਮੇਨ ਥਿੰਗ ਤਾਂ ਆਪਾਂ ਹਨਾ ਕਿ ਕੇਕ ਅਤੇ ਮਤਲਬ ਫਿਰੋਜ਼ਪੁਰੋਂ ਮਿਲਦੇ ਹਾਂ ਕੋਈ ਵਧੀਆ ਜਿਹਾ ਕੇਕ ਬਣਵਾਉਂਦੇ ਹਾਂ ਜਾਂ ਲੈਂਦੇ ਹਾਂ ਪਸੰਦ ਆ ਗਿਆ ਫਸਟਲੀ ਤਾਂ ਆਪਾਂ ਉੱਥੇ ਜਾਵਾਂਗੇ ਅਤੇ ਦੈਨ ਸੈਕਿੰਡਲੀ ਹੁਣ ਆਪਾਂ ਦੇਖਾਂਗੇ ਫਿਰ ਕਿ ਕੀ ਫਿਰ ਗਿਫਟ ਕੀ ਪਲੈਨ ਬਣਦਾ ਹੈ ਕੀ ਨਹੀਂ ਬਾਕੀ ਦੋ ਤਿੰਨ ਚੀਜ਼ਾਂ ਸੋਚੀਆਂ ਪਰ ਮੈਨੂੰ ਨਹੀਂ ਲੱਗਦਾ ਕੋਈ ਖਾਸ ਉਹਨਾਂ ਦਾ ਹੈ ਨਾ ਮੈਨੂੰ ਇੱਦਾਂ ਕਿ ਸਾਨੂੰ ਇੱਦਾਂ ਕਿ ਜੇ ਕੋਈ ਚੀਜ਼ ਦਈਏ ਤਾਂ ਉਹ ਚੀਜ਼ ਦਾ ਕੋਈ ਫਾਇਦਾ ਵੀ ਹੋਵੇ ਦਿੱਤੀ ਦਾ ਅਤੇ ਦੇਖਦੇ ਹਾਂ ਕਰਦੇ ਹਾਂ ਹੈ ਨਾ ਦੇਖਦੇ ਹਾਂ ਕੀ ਉੱਥੋਂ ਮਿਲਦਾ ਕੀ ਨਹੀਂ ਮਿਲਦਾ ਘਰੋਂ ਤੁਰ ਪਏ ਹਾਂ ਸੋ ਫਿਲਹਾਲ ਦੀ ਘੜੀ ਕਰਦੇ ਹਾਂ ਕਿਉਂਕਿ ਵਲੌਗ ਕੰਟੀਨਿਊ ਸ਼ਾਮ ਨੂੰ ਕਰਾਂਗੇ ਸੈਲੀਬ੍ਰੇਟ ਬੁਲਾਵਾਂਗੇ ਤੁਹਾਨੂੰ ਵੀ ਸਾਰਿਆਂ ਨੂੰ ਫੋਨ ਦੇ ਵਿੱਚ ਬੜਤੇ ਹੈ ਆਗੇ ਕੀ ਤਰਫ ਆਪਣੀਆਂ ਵੀਡੀਓ ਦੇਖਦੇ ਨੇ ਉਹਨਾਂ ਵਿੱਚੋਂ 75% ਲੋਕਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਾਨੂੰ 76 ਹੁੰਦੇ ਯਾਰ ਤੂੰ ਮੈਂ ਚੱਲ ਇੱਕ ਮੈਂ ਛੱਡ ਵੀ ਦਿੱਤਾ ਇੱਕ ਅੱਧੇ ਜਾਣੇ ਨੂੰ ਮੈਂ ਇਗਨੋਰ ਵੀ ਕਰ ਯਾਰ ਇੱਕ ਅੱਧੇ ਵਿੱਚੋਂ ਪਰਸੈਂਟੇਜ ਵੀ ਹੁੰਦੇ ਆ ਜਿਹੜੇ ਐਵੇਂ ਕੋਲ ਨਾਲੇ ਵੇਖੀ ਜਾਣਗੇ ਨਾਲੇ ਕਹਿੰਦੇ ਕੀ ਲੱਛਣ ਕੀ ਲੱਛਣ ਫੜੇ ਨੇ ਫਿਰ ਵੇਂਦੇ ਕਿਉਂ ਬਲੌਕ ਕਰੋ ਸਾਨੂੰ ਉਹ ਐ ਤਾਂ ਰੱਬ ਦੀ ਕਿਰਪਾ ਨਾਲ ਇੱਦਾਂ ਦੇ ਕਮੈਂਟ ਨਹੀਂ ਆਉਂਦੇ ਕੋਈ ਨਾ ਅਤੇ ਹਾਂ ਮੈਂ ਮੈਂ ਆਫ ਟੋਪਿਕ ਚਲਾ ਗਿਆ ਸੀ ਸੋਰੀ ਸੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਯਾਰ ਸਬਸਕ੍ਰਾਈਬ ਕਰੋ 75% ਲੋਕਾਂ ਨੇ 1% ਮੈਂ ਛੱਡਤਾ ਮੰਨ ਲੈਂਦਾ ਮੈਂ 1% ਛੱਡਤਾ ਸੋ ਸਬਸਕ੍ਰਾਈਬ ਕਰੋ ਯਾਰ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਉਹਨਾਂ ਨੇ ਇਹ ਰੈਗੂਲਰ ਬੇਸ 'ਤੇ ਆਪਣੀ ਵੀਡੀਓਜ਼ ਦੇਖਦੇ ਨੇ ਪਰ ਆਪਾਂ ਨੂੰ ਸਬਸਕ੍ਰਾਈਬ ਨਹੀਂ ਕਰਦੇ ਠੀਕ ਆ ਅਤੇ ਇੱਕ ਸ਼ੋਰਟ ਚੈਨਲ ਵੀ ਅਤੇ ਇੱਕ ਸ਼ੋਰਟਸ ਦਾ ਚੈਨਲ ਬਣਾਇਆ ਨਾਮ ਹੈਪੀ ਕੂਲਰ ਸ਼ੋਰਟਸ ਮੇਰੇ ਨੂੰ ਵੀ ਕਰ ਲਓ ਯਾਰ ਪਕਾਈ ਬੜੀ ਜ਼ਿਆਦਾ ਹੋ ਗਈ 5 ਮਿੰਟਾਂ ਦੀ ਪਕਾਈ ਹੋ ਗਈ ਮੋਲ ਅਨਮੋਲ ਭੁੱਲ ਦੇ ਨਾਮ 'ਤੇ ਉਹ ਥੱਲੇ ਆ ਜਲਦੀ ਜਲਦੀ ਉਹਦੇ ਵਲੌਗ ਆਉਂਦੇ ਹੁੰਦੇ ਅਤੇ ਘੱਟੋ ਘੱਟ ਡੇਲੀ ਬੇਸਿਸ 'ਤੇ ਵਲੌਗ ਆਉਂਦੇ ਨੇ ਸੋ ਜਲਦੀ ਜਲਦੀ ਉਹਦੇ 'ਤੇ ਜਾਓ ਅਤੇ ਉਹਨੂੰ ਜਾ ਕੇ ਜਲਦੀ ਜਲਦੀ ਸਬਸਕ੍ਰਾਈਬ ਕਰੋ ਉਸ ਤੋਂ ਬਾਅਦ ਇੰਸਟਾ ਦੇ ਹੋਰ ਕੀ ਹੁੰਦਾ ਸਨੈਪਚੈਟ ਦੇ ਸਾਰਿਆਂ ਦੇ ਲਿੰਕ ਥੱਲੇ ਪ੍ਰੋਵਾਈਡ ਕੀਤੇ ਹੋਏ ਨੇ ਇੰਸਟਾ 'ਤੇ ਜਾ ਕੇ ਫੋਲੋ ਕਰ ਲਓ ਸਾਨੂੰ ਸਾਰੇ ਖਾਤਿਆਂ ਦੇ ਲਿੰਕ ਥੱਲੇ ਹੈਗੇ ਨੇ ਅਤੇ ਸਨੈਪਚੈਟ ਦੇ ਸਾਰੇ ਖਾਤਿਆਂ ਦੇ ਲਿੰਕ ਥੱਲੇ ਹੈਗੇ ਨੇ ਜਲਦੀ ਜਲਦੀ ਜਾ ਕੇ ਐਡ ਕਰ ਲਓ ਅਤੇ ਚਲੋ ਠੀਕ ਆ ਭਾਈ ਮਿਲਦੇ ਹਾਂ ਮਤਲਬ ਕਿ ਫਿਰੋਜ਼ਪੁਰ ਸਿਟੀ ਦੇ ਵਿੱਚ ਆਪਾਂ ਐਂਟਰ ਹੋ ਚੁੱਕੇ ਕਰਦਾ ਨੀ ਸਿਲੈਕਟ ਜੋ ਕਰਨਾ ਇਹ ਲੈਣ ਦਾ ਤਾਂ ਲਿਆ ਤੂੰ ਆਪਦੇ ਲਈ ਖਰੀਦੀਆਂ ਕਰਨੀਆਂ ਨੀ ਯਾਰ ਆਪਦੇ ਨਹੀਂ ਖਰੀਦ ਸਕਦਾ ਕੀ ਯਾਰ ਤੁਹਾਡਾ ਬਣੂ ਬੰਦਾ ਪੁੱਛੇ 10 ਰੁਪਏ ਲਾ ਲਓ ਯਾਰ ਯਾਰ ਕਿਹੜੀ ਗੱਲ ਆਪਾਂ ਆਹ ਗੱਡੀ ਚਲਾ ਲਿਆ ਨਾ ਵੀਰੇ ਨਾ ਲਿਫਾਫੇ ਤੇ ਕਿਹੜੀ ਗੱਲੋਂ 10 ਰੁਪਏ ਲਾਉਣੇ ਕਮਾਲ ਹੋ ਗਏ ਵੇਖ ਮੰਮੀ ਦੇ ਲੈਣਾ ਇਹ ਤੇ ਆਪਦੀਆਂ ਲੈਂਦਾ ਫਿਰ ਯਾਰ ਹੁਣ ਮੰਮੀ ਦੀ ਪਸੰਦ ਉਹ ਤਾਂ ਲੈਣੇ ਹੁਣ ਇੱਥੇ ਮੈਨੂੰ ਨਹੀਂ ਵਧੀਆ ਲੱਗੇ ਨਹੀਂ ਲਏ ਤੇ ਕੋਈ ਨਹੀਂ ਜਾਂਦੇ ਕਿਤੇ ਹੋਰ ਜਾਂਦੇ ਹੋਰ ਟਰਾਈ ਕਰਦੇ ਹਾਂ ਓਕੇ ਸਰ ਲੈਟਸ ਗੋ ਫੋਰ ਵਾਕ ਮਿੱਤਰੋ ਹੁਣ ਆਪਾਂ ਲੈਣ ਲੱਗੇ ਹਾਂ ਮੰਮੀ ਲਈ ਕੇਕ ਕੈਸਨ ਹੈ ਫਿਰ ਬੜੀਆਂ ਆ ਲੈ ਲਈਏ ਸੋਹਣੇ ਲਾ ਲਾ ਬੜੇ ਜ਼ਿਆਦਾ ਸੋਹਣੇ ਅੱਧੇ ਖਾਓਗੇ ਵੀਰੇ ਵੱਡੇ ਵਾਲਾ ਇਹਦੇ ਆ ਜਿਹੜਾ ਆ ਰੈੱਡ ਤੇ ਵਾਈਟ ਦਾ ਕੰਬੀਨੇਸ਼ਨ ਅਹੇ ਲਈ ਤਾਂ ਰੱਖਿਆ ਵੀਰ ਨੇ ਠੀਕ ਇਹ ਕਰਾ ਲਈਏ ਕਿ ਆ ਮੈਨੂੰ ਆ ਸੋਹਣਾ ਲੱਗਣ ਦੇ ਵੀਰ ਸੋਹਣਾ ਕਿਹੜਾ
ਉਹਨਾਂ ਨੇ ਤਾਂ ਉਹਦੇ ਜੋ ਵੀ ਸੋਹਣੇ ਲੱਗਦੇ ਨਹੀਂ ਤੂੰ ਦੱਸੋ ਯਾਰ ਜਿਹੜਾ ਤੂੰ ਕਹੇਂਗਾ ਯਾਰ ਅੱਛਾ ਰੈਗੂਲਰ ਖਾ ਲੈਂਦੇ ਨੇ ਤੇ ਫਿਰ ਉਸ ਤੋਂ ਫਿਰ ਆਪਣੇ ਕੋਲ ਚੋਕਲੇਟ ਦੀ ਆਪਸ਼ਨ मेरा तो ढिड फुल थले करी भालू जी होना मतलब सोहनी चीज लगे कुछ भी देख लियो अच्छा पंजाबी अम्मी लिखना तेरे लिखे रेड नहीं उठेगा लाइट के ऊपर उठेगा या वाइट या येलो या कुछ फिर किवें करके केक आप दें अम्मी जान ली तो हूँ आप थोड़ा फोटो बड़ी सोहनी हाँ वो विखावे बड़ा घेंट जहा केक बनाया एक विखाती थोड़ा जहा सोच लिया दिमाग से जोर पा के कि पहला है ना नॉर्मल जुत्ती वगैरह लैनी सी हूँ सोचा कि नहीं नॉर्मल जुत्ती वगैरह क्यों हूँ साडा प्लैन आ पंजाबी जुत्ती लैन का एक फर्स्ट टाइम लैन का देखो नहीं ग्रे कलर सोने कर ली पसंद मिनट जी आ गई पसंद फाइनली 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 ਨਹੀਂ ਯਾਰ ਪੀਸ ਘੈਂਟ ਘੈਂਟ ਹੀ ਹੈ ਨਾ ਕਹਿ ਰਹੀ ਹੈ ਨਾ ਸਿਲੈਕਟਡ ਜੇ ਪੀਸ ਸੀ ਸੋ ਫਾਈਨਲੀ ਇੱਕ ਗਿਫਟ ਆਪਣਾ ਹੋ ਚੁੱਕਾ ਕਿਹੜੀ ਲਈਓ ਚਲੋ ਤੁਸੀਂ ਘਰੇ ਜਾ ਕੇ ਮੰਮੀ ਜੋ ਗਿਫਟ ਖੋਲੂਗੀ ਆ ਪੌਦੇ ਦਿਖਾਵਾਂ ਜੋ ਸਾਡੀ ਮੰਮੀ ਨੇ ਪਹਿਲਾਂ ਨਹੀਂ ਵੇਖਿਆ ਤੁਹਾਨੂੰ ਕਿਉਂ ਵਿਖਾਈਏ ਹੈ ਤੇ ਚਲ ਫਿਰ ਚੱਲੀ ਹੁਣ ਆਪਾਂ ਅਗਲੀ ਚੀਜ਼ ਲਈਏ ਵੜਤੇ ਹੈ ਅਗਲੀ ਚੀਜ਼ ਕੀ ਤਰਫ ਓਕੇ ਬੇ ਮਿੱਤਰੋ ਚਲੋ ਉਤਰੋ ਹੁਣ ਮੈਂ ਚੂਚੂ ਵੀ ਫੜਾ ਇਹਨੂੰ ਵੀ ਪੈਕ ਕਰਾਉਣਾ ਹੈ ਨਾ ਯਾਰ ਬੇਬੀ ਆ ਫੜ ਲੋ ਚੂਚੂ ਪਾਈ ਕਿ ਨਹੀਂ ਹਟਦੀ ਵੀ ਨਾਲ ਫਾਵੇ ਤੋਂ ਟੀ ਸ਼ਰਟ ਕੈਸਨ ਹੋ ਬਬੂਆ ਇੱਧਰ ਦੇਖੋ ਬੜੀਆਂ ਬੜੀਆਂ ਤੇ ਚੱਲੇ ਫਿਰ ਹੁਣ ਕੀ ਲੈਣਾ ਕੀ ਹੈ ਦੱਸ ਦੇ ਸਾਡਾ ਰਾਦਾ ਕੁਛ ਬੈਗ ਬੂਗ ਹਨਾ ਕਿ ਲਾਈਕ ਪਰਸ ਟਾਈਪ ਮੰਮੀ ਲਈ ਕੁਛ ਲੈਣ ਦਾ ਤੇ ਦੇਖਦੇ ਆ ਬੰਦਾ ਜੋ ਵੀ ਪਲਾਨ ਦਿਖਾਉਣੇ ਆ ਗਾੜੀ ਗਾੜੀ ਓਕੇ ਹੋ ਵੇਖਿਆ ਲਾਈਕ ਸਮਝ ਗਿੱਤ ਦੇਣਾ ਯਾਰ ਮੱਕੀ ਦਾ ਬਸ ਬਸ ਹਾਂ ਜੀ ਸਾਈਜ਼ ਕਿਤੇ ਦੇ ਦੋ रंग सोने जिम्मे आदि घर वाली वास्ते लेके जाना नमे ले जाना सारे ना इंग्लिश कलर ही आने हाँ जी की बस मम्मी ने फड़िया सोना लगे अजे अजकल ट्रेंड इन्हां दा ही है बिलकुल ब्लैक ब्राउन घट ही चल रहा है ट्रेंड ही अजकल इंग्लिश कलर का फैशन हाँ सोहनी लगती है देखो तेर लगे पे ने आसे पासे भी जी केड़े सोचा पा जा आ वे हां जा आ वे चॉकलेट हां
ਬਾਕੀ ਸਰ ਕੈਸੇ ਬ੍ਰਾਂਡ ਸਾਰੇ ਮਿਲ ਜਾਣਗੇ ਫਾਈਨਲ ਵੀ ਹੈ ਠੀਕ ਹੈ ਸਾਰੇ ਬ੍ਰਾਂਡ ਮਿਲ ਜਾਣਗੇ ਇਹ ਲੋ ਮਿੱਤਰੋ ਤੇ ਮੰਮੀ ਵਾਸਤੇ ਦੂਸਰਾ ਗਿਫਟ ਵੀ ਆਪਾਂ ਲੈ ਲਿਆ ਪੈਕ ਨਹੀਂ ਕਰਵਾਏ ਹਨਾ ਸੋ ਹੁਣ ਆਪਾਂ ਸਿੱਧਾ ਜਾਂਦੇ ਆ ਘਰੇ ਨਹੀਂ ਸੱਚ ਹਜੇ ਕੇਕ ਫੜਨਾ ਹਲੇ ਕੇਕ ਫੜਨਾ ਹੈ ਸੋ ਪਹਿਲਾਂ ਕੇਕ ਫੜੀਏ ਤੇ ਫਿਰ ਆਪਾਂ ਉਹਦੇ ਬਾਅਦ ਸਿੱਧਾ ਜਾਂਦੇ ਆ ਘਰੇ ਤੇ ਚਲੋ ਠੀਕ ਆ ਦੋਨੇ ਗਿਫਟ ਹੋ ਗਏ ਦਿਖਾਉਣਾ ਵਿੱਚ ਕੀ ਆ ਵੈਸੇ ਤੁਸੀਂ ਵੇਖ ਲਿਆ ਚੀਜ਼ਾਂ ਕੀ ਆ ਪਰ ਸਿਲੈਕਟ ਕਿਹੜੀਆਂ ਕਿਹੜੀਆਂ ਕੀਤੀਆਂ ਉਹ ਆਪਾਂ ਤੁਹਾਨੂੰ ਹਰੇਕ ਘਰੇ ਜਾ ਕੇ ਦਿਖਾਵਾਂਗੇ ਤੇ ਕੇਕ ਵਾਲੇ ਦਾ ਵੀ ਫੋਨ ਆ ਗਿਆ ਆਪਾਂ ਨੂੰ ਆਪਣਾ ਕੇਕ ਹੋ ਚੁੱਕਾ ਰੈਡੀ ਸੋ ਬਸ ਹੁਣ ਆਪਾਂ ਕੇਕ ਪਿਕਅਪ ਕਰਕੇ ਤੇ ਦੈਨ ਆਪਾਂ ਹੁਣ ਸਿੱਧਾ ਆਪਾਂ ਘਰੇ ਪਹੁੰਚਣਾ ਮਿੰਟੋ ਮਿੰਟ ਵੀਰ ਜੀ ਰੈਡ ਨਾਲ ਲਿਖਣਾ ਬਲੈਕ ਨਾਲ ਇਹ ਵਾਈਟ ਲਾਉਂ ਮੈਂ ਤਾਂ ਫਿਰ ਰੈਡ ਨਹੀਂ ਲਿਖ ਚੁੱਕੇ ਤੇ ਹਿੰਦੀ ਚ ਲਿਖਣਾ ਪੰਜਾਬੀ ਚ ਇੰਗਲਿਸ਼ ਪਹਿਲਾਂ ਵੀਰੇ ਹੈਪੀ ਹੈਪੀ ਬਰਥਡੇ ਤਾਂ ਲਿਖ ਤੋ ਇੰਗਲਿਸ਼ ਦੇ ਵਿੱਚ ਉਹ ਵੀ ਆਪਾਂ ਪੰਜਾਬੀ ਲਿਖ ਸਕਦੇ ਹਾਂ ਨਹੀਂ ਉਹ ਵੀ ਯੂਨੀਕ ਲੱਗੇਗਾ ਹਾਂ ਉਹ ਵੀ ਯੂਨੀਕ ਲੱਗੇਗਾ ਯਾ ਕਿਵੇਂ ਜਾਣਾ ਯੈਸ ਮਤਲਬ ਹੈਪੀ ਬਰਥਡੇ ਇੰਗਲਿਸ਼ ਲੈ ਲਈ ਅੰਮੀ ਆ ਜਿਹੜਾ ਉਹ ਪੰਜਾਬੀ ਲੈ ਲਈ ਆ ਗਿਆ ਭਈ ਆ ਗਿਆ ਹੌਲੀ 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 ਚੰਗਾ ਕੇਕ ਐਤਕੀ ਥੋੜਾ ਜਿਹਾ ਡਿਫਰੈਂਟ ਬਣਾਇਆ ਸਾਰਿਆਂ ਨੇ ਥੋੜਾ ਯੂਨੀਕ ਦੇਖਿਓ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਨਾ ਮੰਮੀ ਹੁਣ ਇਹ ਨਹੀਂ ਕਿ ਸਕਿਪ ਕਰਕੇ ਅੱਗੇ ਕੱਢ ਲੈਣਾ ਵੇਖੋ ਯਾਰ ਇਹ ਸਾਰਾ ਵੇਖੋ ਵੈਸੇ ਮੰਮੀ ਵਾਲੀ ਚਾਹੀਦਾ ਵੀ ਇਹੋ ਜਿਹਾ ਮੇਰੇ ਅਕੋਰਡਿੰਗ ਤਾਂ ਖਾਸ ਕਰਕੇ ਮੇਰੇ ਨਾਲ ਜੋ ਹੁੰਦੀ ਹੈ ਉਹ ਸੀਰੀਏ ਤੈਨੂੰ ਕਿਹੜਾ ਮੈਂ ਕੁਝ ਕਿਹਾ ਭੈਣੇ ਚੱਲ ਪੁੱਤ ਬਾਏ ਓ ਵੈਰੀ ਗੁੱਡ ਮੈਨੂੰ ਪਤਾ ਹੀ ਨਾ ਲੈ ਗਈ ਤੂੰ ਮੇਰੇ ਤੋਂ ਵੀ ਚੱਲ ਹੋਰ ਕਦੇ ਚਲੋ ਠੀਕ ਹੈ ਤੇ ਹਾਂਜੀ ਕੇਕ ਵੀ ਆਪਾਂ ਲੈ ਲਿਆ ਹੈ ਸਭ ਕੁਛ ਆਪਣਾ ਡਨ ਆ ਸਭ ਕੁਛ ਲੈ ਚੁੱਕੇ ਹਾਂ ਸੋ ਜਲਦੀ ਜਲਦੀ ਆਪਾਂ ਘਰੇ ਚੱਲੇ ਹਾਂ ਤੇ ਹੁਣ ਆਪਾਂ ਦੇਖਾਂਗੇ ਘਰੇ ਜਾ ਕੇ ਦਿਖਾਵਾਂਗੇ ਤੁਹਾਨੂੰ ਜੋ ਵੀ ਅੱਗੋਂ ਵੀ ਆ ਤੇ ਬੜਾ ਘੈਂਟ ਕੇਕ ਜੀ ਆ ਕੇ ਕੇਕ ਉਹ ਮੈਂ ਨਾ ਨਾ ਯਾਰ ਕਿਵੇਂ ਦੱਸਾਂ ਅੰਦਰਲੀਆਂ ਫੀਲਿੰਗਸ ਨਹੀਂ ਬਾਹਰ ਆਉਂਦੀਆਂ ਯਾਰ ਧਰਮਣਾ ਹੀ ਸਿਰਾ ਜੇ ਵੇਖਿਓ ਜ਼ਰੂਰ ਚਲੋ ਠੀਕ ਆ ਹੁਣ ਆਪਾਂ ਸਿੱਧਾ ਆਪਾਂ ਘਰੇ ਜਾ ਕੇ ਹੀ ਮਿਲਣਾ ਜਾਂ ਹੋ ਸਕਦਾ ਸ਼ਾਮ ਨੂੰ ਹੀ ਮਿਲੀਏ ਤੇ ਚਲੋ ਠੀਕ ਆ ਆਇਆ ਚੱਲਦੇ ਘਰੇ ਚੰਗਾ ਚੱਲ ਠੀਕ ਆ ਕੋਈ ਨੀ ਆਵਾਂਗੇ ਚੱਲ ਲੈ ਵੀ ਬੱਲਿਓ ਚੱਕ ਕੱਢ ਲਾ ਕੱਢ ਲਾ ਕੱਢ ਲਾ ਕੋਣੀ ਆ ਕੋਣੀ ਛੇਤੀ ਕਰ ਲੈ ਕਰਦੀ ਆ ਗਏ ਮਾਮਾ ਸਾਢੇ ਛੇ ਹੋ ਗਏ ਮਾਮਾ ਸੱਚੀ ਸਾਢੇ ਛੇ ਹੋ ਗਏ ਮੈਂ ਦੱਸਿਆ ਕਿਤੇ ਮੈਂ ਝੂਠ ਹੀ ਮਾਰਨ ਡਿਆ ਪੰਜ ਕੁ ਮਿੰਟ ਹੋ ਗਏ ਉੱਥੇ ਕਿਸੇ ਮੰਮੀ ਆ ਗਈ ਛੇਤੀ ਕਰ ਰੱਖਦੇ ਰੱਖਦੇ ਨਾ ਨਾ ਉੱਤੇ ਨਾ ਦੇ ਮੰਮੀ ਨੇ ਕਿਹੜਾ ਚੈੱਕ ਕਰਨੇ ਆਹ ਉੱਤੇ ਰੱਖ ਗਾ ਲਿਆ ਫੜਾ ਰੇ ਆ ਉਹ ਫੜ ਮੜਾ ਜੇ ਮੇਰੀ ਉਹ ਰਹਿਣ ਦੇ ਦਿੰਦੇ ਹੀ ਦਿਸਣੇ ਹੀ ਅਸੀਂ ਕਾਹਦਾ ਆ ਗਏ ਤੁਸੀਂ ਆ ਗਏ ਜੀ ਤੁਸੀਂ ਕਿੱਧਰ ਗਏ ਜੀ ਮੈਂ ਅਜੇ ਘਰ ਵੱਡੇ ਸੀ ਮੈਂ ਸ਼ਾਪਿੰਗ ਨਹੀਂ ਕਰਨ ਜਾਣਾ ਤੁਸੀਂ ਕਿਵੇਂ ਚਾਚੀ ਅੰਦਰ ਆ ਵੱਡੀ ਵੱਡੀ ਹੋਰ ਆ ਆ ਮੰਮੀ ਆ ਦੇ ਵੱਡੇ ਦੀ ਆਪੇ ਸ਼ਾਪਿੰਗ ਆ ਕੀ ਹੋਰ ਸਹੀ ਆ ਆਪੇ ਕਰੀ ਜੇ ਤੁਸੀਂ ਨਹੀਂ ਕਰਨੀ ਕਿ ਚਲੋ ਵੀ ਮਿੱਤਰੋ ਆਪਾਂ ਘਰੇ ਪਹੁੰਚ ਗਏ ਆ ਓ ਸੌਰੀ ਤੇ ਹੁਣ ਮੇਰੇ ਕਾ ਸੁਣ ਤੈਨੂੰ ਛੱਡ ਕੇ ਚਾਹ ਤੈਨੂੰ ਛੱਡ ਕੇ ਆਵਾਂ ਇਹ ਤੇ ਜਾਂਦਾ ਹਾਏ ਨਾ ਮਾਰੀਏ ਮਰੀ ਮਰੀ ਨਾ ਵਿੱਚ ਨਾ ਹਾਏ ਹੋਰ ਹੋ ਗਏ ਮਾਰਿਆ ਮੇਰੇ ਪਨੇਵੇਂ ਨੂੰ ਮਾਰੀ ਨਾ ਆਵੇ ਚਾ ਬੈ ਤੈਨੂੰ ਛੱਡ ਕੇ ਆਵਾਂ ਓਏ ਤੂੰ ਆਦੀ ਮਾਸੀ ਨੇ ਆਪੀ ਵੱਡੇ ਤਾਂ ਕਿਹਾ ਨਹੀਂ ਚਾ ਤੈਨੂੰ ਛੱਡ ਕੇ ਪਿੰਡ ਚੱਲ ਜਾ ਬੈ ਤੈਨੂੰ ਛੱਡ ਕੇ ਆਵਾਂ ਚਲਾ ਬੈ ਜਾ ਚਲ ਆ ਛੱਡ ਕੇ ਓਏ ਆ ਜਾ ਮੱਲਾਂ ਵਾਲੇ ਚੱਲੀਏ ਮਿੰਟ ਹੀ ਮਾਰਿਆ ਚੱਡੀ ਪਾਉਣ ਲੱਗੇ ਨੇ ਚੱਲ ਬੈ ਮਿੰਟ ਮਾਰ ਮੋੜ ਮੋੜ ਖਾਣਾ ਪਰ ਖਵਾਉਣਾ ਕੁਛ ਨੀ ਤੈਨੂੰ ਪਤਾ ਜਿੰਨੇ ਤੇ ਮਰਜ਼ੀ ਪਰ ਅੱਖ ਪੱਕੀ
ਖਾਣਾ ਕੋਈ ਨਹੀਂ ਬਾ ਵੇਖੀ ਜਾ ਚੰਗਾ ਵੇ ਵੇ ਕੇ ਢਿੱਡ ਭਰ ਲਾ ਸਾਰਿਆਂ ਨੂੰ ਲਓ ਵੀ ਘਰੇ ਆ ਲੈਣਾ ਲੈਣਾ ਨਹੀਂ ਲੈਣਾ ਫਿਰ ਵੈਰੀ ਗੁੱਡ ਨਹੀਂ ਤਾਂ ਮੈਂ ਸੱਚੀ ਲੈ ਦੇਣਾ ਜਿੰਨਾ ਚਿਰ ਕਹਿ ਹੁਣ ਤੇਰੀ ਤੋਂ ਹਿੱਲਣਾ ਨਹੀਂ ਸੁਣ ਗਿਆ ਹਿੱਲੇਗਾ ਕਿ ਨਹੀਂ चल एक स्टेटस बना ली फड़ ला यार फड़ ला बना दे वेख लिया जे कैंट है ना सेम यार मम्मी तो लगता है क्यों ना रल मिल मम्मी ने वेख्या तो नहीं बड़ा मोमबत्ती पटका चल रहा है इन फूक नहीं तेन चलो जी हैप्पी बर्थडे Happy birthday to you. चल तेरा टब्बर दिखा उतरिया थले तू बड़ा वेख्या पिछले चल मिनट मार आहो को डिग डिग वे नौ मित्र हो गए तैयार थैंक यू खोल के तो वेख ला हूं ब्लॉग फोटो खिंचा चल कि यार हस पे लो चल ना हस ना हस ओद मेरे तू हसना आ जा ना हस हसना ओद ही बह जा सही है सर चलो मम्मी दे ठोटे ठोटे हो गए नी मम्मी
तू नहीं खाना फिर मैं खा ला तेरा वेख ला एक ही समोसा लिया तेरे लिए वो भी मैं खा लैन लगे फिर चल ठीक मर्जी भरा मैं खा लैन लगे मैं सच्ची खाए नहीं तो होर ही खानी हूं चलो ना कर यार ते भरावा सच्ची खा लैन लगा ही हां फिर ना कहीं मैं तैनूं दसी जांदा तेरे लिए इको ही लिया गिन के सारे लिए समोसा और सवाद है समोसा तो बाहर ही सवाद ओके तुसी रखे आ किते सी गेट ऐसे तो कोई नहीं कुछ हैगा मैं तेरे को मार दूंगी नहीं नहीं बोल के नहीं गई ना 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 मैं कपड़े रख दी सी पे बैठ जा बैठना की है मैं आन सोना नहींगा क्या लगे गिफ्ट बहुत सोने लगे पुत्ता ने कहा गिफ्ट भी मारे होंगे केक सोना बहुत सोना तेरे ते ही जमा आहो एहो कुछ करना है आहो कोई नहीं जे तुहाडे वल्ले आंदे ना तेरी वोटिंगा ते मैं भी ले लियावांगी ठीक है ते ओदे वाली दा किवें ने हुण चा मेरे वाली ते गल ही दूर तेरी क्या दूर छड्ड दे तू ओ ते छड्ड ही देना गल ओंदी दस ओंदी वाली दा किवें दा ले हुण ले आऊंगी जे मर्जी कीता उहनां दा दस के लियाउणा तुसीं दस के लियांदा हैं हाँ जी भाई मित्रों ये सी अपना छोटा जिहा ते प्यारा जिहा ब्लॉग होप सो सारे नूं पसंद आया होगा सो जिन्हें जिन्हें पसंद आया इस बार लाइक कीते तो बिना किसी ने नहीं जाना सो जिहड़े जिहड़े देखते पाए सारे जाने लाइक वाला बटन जरूर प्रेस करो यार सो जिन्हें सबसक्राइब नहीं किया सबसक्राइब भी जरूर करके जाए यार तो चलो ठीक है इतने आप करते हैं ब्लॉग का एंड तो थैंक यू पहले तो साढ़े सारे का मैंने पता बहुत विशेष आई होनी थले कल कल का रिप्लाई करना बहुत औखा हो जाता है तो थोड़ा जि समझ सकते हैं ना कि काफ़ी ब्लॉग होंगे पुराने भी दिन के उन्होंने भी कमेंट आने होंगे सो तुम ये चीज़ में मन लगता कि समझ सकते हो सो सॉरी है तो चलो ठीक है जी इतने आप करते हैं ब्लॉग का एंड तो सारे ने सबसक्राइब जरूर करो यार जिन्होंने नहीं किया तो थले हाँ एक चीज़ होर आ बेनती हुई है कि थले सारे लिंक दिए हुए हैं ना एक दूसरा चैनल है यूट्यूब का दो चैनल एक अनमोल वाला एक दूसरा सो उन्होंने जाके सबसक्राइब करो तो इंस्टाग्राम तो स्नैपचैट वगैरह दोनों की आईडिया यार फॉलो तो ऐड जाके जरूर करो तो चलो ठीक है जी तो मिलते हैं फिर आप अगले ब्लॉग के तद तक के लिए बाय।